ਕੱਲ ਰਾਤੀ ਆਪਣੇ ਏਐਸਆਈ ਬਲਵਿੰਦਰ ਸਿੰਘ, ਏਐਸਆਈ ਜਸਵਿੰਦਰ ਸਿੰਘ ਤੇ ਏਐਸਆਈ ਬਲਵਿੰਦਰ ਸਿੰਘ ਗਸ਼ਤ ਦੇ ਸੰਬੰਧ ਵਿੱਚ ਪਿੰਡ ਸੋਸਨ ਗੁਰਦੁਆਰਾ ਸਾਹਿਬ ਦੇ ਪਾਸ ਮੌਜੂਦ ਸੀਗੇ ਤਾਂ ਉੱਥੇ ਮੁਖਬਰ ਖਾਸ ਨੇ ਇੱਕ ਇਤਲਾਹ ਦਿੱਤੀ ਕਿ ਗੁਰਵਿੰਦਰ ਸਿੰਘ ਸਰਪੰਚ ਸੋਸਨ, ਸਨ ਆਫ ਹਰਭਜਨ ਸਿੰਘ, ਬਲਕਾਰ ਸਿੰਘ ਤੇ ਗੁਰਪ੍ਰੀਤ ਸਿੰਘ ਵਾਸੀਆਂ ਨਾਲ ਡਰੋਲੀ ਭਾਈ ਨਾਲ ਮਿਲ ਕੇ ਆਪਣੀ ਜ਼ਮੀਨ ਦੇ ਵਿੱਚੋਂ ਨਜਾਇਜ਼ ਮਾਈਨਿੰਗ ਕਰ ਰਿਹਾ ਹੈਗਾ, ਜਿਸ 'ਤੇ ਇਹਨਾਂ ਨੇ ਮੌਕੇ 'ਤੇ ਜਾ ਕੇ ਰੇਡ ਕੀਤੀ, ਜਿੱਥੇ ਉਹ ਟਰੈਕਟਰ ਛੱਡ ਕੇ ਆਪਣਾ ਬਲਕਾਰ ਸਿੰਘ ਅਤੇ ਗੁਰਪ੍ਰੀਤ ਸਿੰਘ ਆਪਣਾ ਟਰੈਕਟਰਾਂ ਨੂੰ ਛੱਡ ਕੇ ਭੱਜ ਗਏ, ਪਰ ਗੁਰਵਿੰਦਰ ਸਿੰਘ ਸਰਪੰਚ ਸੋਸਨ ਮੌਕੇ 'ਤੇ ਮੌਜੂਦ ਮਿਲਿਆ, ਜਿਸ ਨੂੰ ਗ੍ਰਿਫਤਾਰ ਕਰਕੇ ਇਹ ਖੱਡਾ ਪਹਿਲਾਂ ਸੁਣਨ 'ਚ ਆਇਆ ਸੀ ਵੀ ਪਹਿਲਾਂ ਚੱਲਦਾ ਸੀ ਇਹਨਾਂ ਦਾ, ਪਹਿਲਾਂ ਕੋਈ ਪਰਚਾ ਪੁਰਚਾ ਹੋਇਆ ਸੀਗਾ, ਬੰਦ ਹੋ ਗਿਆ ਸੀ ਅਤੇ ਇਹ ਕੱਲ੍ਹ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਫਿਰ ਦੁਬਾਰਾ ਚੱਲ ਪਿਆ। ਸੁਣਨ 'ਚ ਆਇਆ, ਮੈਂ ਕਨਫਰਮ ਨਹੀਂ ਦੱਸ ਸਕਦਾ ਹਲੇ। ਹਾਂਜੀ, ਉੱਥੋਂ ਦੋ ਟਰੈਕਟਰ ਅਤੇ ਟਰਾਲੀਆਂ ਨੇ ਜੋ ਲੋਡ ਹੋ ਰਹੇ ਸੀਗੇ। ਹਾਂਜੀ, ਕੱਲ੍ਹ ਰਾਤੀਂ ਆਪਣੇ ਏਐਸਆਈ ਬਲਵਿੰਦਰ ਸਿੰਘ, ਏਐਸਆਈ ਜਸਵਿੰਦਰ ਸਿੰਘ ਅਤੇ ਏਐਸਆਈ ਬਲਵਿੰਦਰ ਸਿੰਘ ਗਸ਼ਤ ਦੇ ਸੰਬੰਧ ਵਿੱਚ ਪਿੰਡ ਸੋਸਨ ਗੁਰਦੁਆਰਾ ਸਾਹਿਬ ਦੇ ਪਾਸ ਮੌਜੂਦ ਸੀਗੇ ਤਾਂ ਉੱਥੇ ਮੁਖਬਰ ਖਾਸ ਨੇ ਇੱਕ ਇਤਲਾਹ ਦਿੱਤੀ ਕਿ ਗੁਰਵਿੰਦਰ ਸਿੰਘ ਸਰਪੰਚ ਸੋਸਨ, ਸਨ ਆਫ ਹਰਭਜਨ ਸਿੰਘ, ਬਲਕਾਰ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀਆਂ ਨਾਲ ਡਰੋਲੀ ਭਾਈ ਨਾਲ ਮਿਲ ਕੇ ਆਪਣੀ ਜ਼ਮੀਨ ਦੇ ਵਿੱਚੋਂ ਨਜਾਇਜ਼ ਮਾਈਨਿੰਗ ਕਰ ਰਿਹਾ ਹੈਗਾ, ਜਿਸ 'ਤੇ ਇਹਨਾਂ ਨੇ ਮੌਕੇ 'ਤੇ ਜਾ ਕੇ ਰੇਡ ਕੀਤੀ, ਜਿੱਥੇ ਉਹ ਟਰੈਕਟਰ ਛੱਡ ਕੇ ਆਪਣਾ ਬਲਕਾਰ ਸਿੰਘ ਅਤੇ ਗੁਰਪ੍ਰੀਤ ਸਿੰਘ ਆਪਣਾ ਟਰੈਕਟਰਾਂ ਨੂੰ ਛੱਡ ਕੇ ਭੱਜ ਗਏ, ਪਰ ਗੁਰਵਿੰਦਰ ਸਿੰਘ ਸਰਪੰਚ ਸੋਸਨ ਮੌਕੇ 'ਤੇ ਮੌਜੂਦ ਮਿਲਿਆ, ਜਿਸ ਨੂੰ ਗ੍ਰਿਫਤਾਰ ਕਰਕੇ ਇਹ ਖੱਡਾ ਪਹਿਲਾਂ ਸੁਣਨ 'ਚ ਆਇਆ ਸੀ ਵੀ ਪਹਿਲਾਂ ਚੱਲਦਾ ਸੀ ਇਹਨਾਂ ਦਾ, ਪਹਿਲਾਂ ਕੋਈ ਪਰਚਾ ਪੁਰਚਾ ਹੋਇਆ ਸੀਗਾ, ਬੰਦ ਹੋ ਗਿਆ ਸੀ ਅਤੇ ਇਹ ਕੱਲ੍ਹ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਫਿਰ ਦੁਬਾਰਾ ਚੱਲ ਪਿਆ। ਸੁਣਨ 'ਚ ਆਇਆ, ਮੈਂ ਕਨਫਰਮ ਨਹੀਂ ਦੱਸ ਸਕਦਾ ਹਲੇ। ਹਾਂਜੀ, ਉੱਥੋਂ ਦੋ ਟਰੈਕਟਰ ਅਤੇ ਟਰਾਲੀਆਂ ਨੇ ਜੋ ਲੋਡ ਹੋ ਰਹੇ ਸੀਗੇ। ਹਾਂਜੀ।